ਸ਼੍ਰੀ ਸਾਧ ਸਿੰਘ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦਾਸ ਆਪਦੇ ਸਾਹਮਣੇ ਇੱਕ ਕਵਿਤਾ ਪੇਸ਼ ਕਰ ਰਿਹਾ ਹੈ, ਚੇਤਾਵਨੀ। ਨਿੰਦਿਆ ਅਤੇ ਝੂਠ ਬੋਲ ਕੇ ਕੀਤੀ ਜੋ ਕਮਾਈ, ਧਨ ਹੈ ਸਾਰਾ ਇੱਥੇ ਰਹਿਣਾ, ਨਾਲ ਨਹੀਂ ਜਾਣੀ ਪਾਈ। ਜੇ ਕਿਸੇ ਨੂੰ ਦੁੱਖ ਹੈ ਕੋਈ, ਇਕੱਠੇ ਹੋ ਜਾਓ ਸਾਰੇ, ਇੱਕ ਦੂਜੇ ਨੂੰ ਪਿਆਰ ਕਰੋ ਤਾਂ ਮਿੱਟ ਜਾਂਦੇ ਗਮ ਸਾਰੇ। ਪਿਆਰ ਕਰੋ ਜੀ, ਪਿਆਰ ਕਰੋ ਜੀ, ਇਹ ਹੈ ਚੰਗੀ ਰੀਤ। ਨਫਸ ਨਹੀਂ ਕਿਸੇ ਨਾਲ ਕਰਨੀ ਮੇਰੇ ਭਾਈ ਮੀਰ, ਹੱਸ ਕੇ ਜੀਣਾ ਐਸਾ ਸਿੱਖੋ, ਭੁੱਲ ਜਾਣ ਦੁੱਖ ਸਾਰੇ, ਹਰ ਇੱਕ ਨਾਲ ਮੁਹੱਬਤ ਕਰਕੇ ਦੁੱਖ ਮਿਟ ਜਾਂਦੇ ਸਾਰੇ। ਭੈਣ ਭਰਾਈ, ਭੈਣਾਂ ਭਾਈ, ਰਿਸ਼ਤੇਦਾਰੀ ਕਿਸੇ ਕੰਮ ਨਹੀਂ ਆਉਣੀ, ਜਦ ਜਮਾਨੇ ਜਾਨ ਹੈ ਕੱਢਣੀ, ਕਿਸੇ ਵੀ ਨਹੀਂ ਛਡਾਉਣੀ। ਬੁਰਿਆਈਆਂ ਨੂੰ ਦਿਲ 'ਚੋਂ ਕੱਢ ਕੇ ਰੱਬ ਨੂੰ ਸਦਾ ਧਿਆਓ, ਚੰਗੇ ਕਰਮ ਕਮਾ ਕੇ ਆਪਣਾ ਜੀਵਨ ਸਫਲ ਬਣਾਓ, ਆਪਣੇ ਆਪ ਨੂੰ ਨੀਵਾਂ ਕਰਕੇ ਚਰਨ ਧੂੜ ਬਣ ਜਾਓ। ਜਗ ਵਿੱਚ ਤਾਂ ਵਡਿਆਈ ਮਿਲਦੀ ਜੇ ਸੱਚੇ ਦੇ ਗੁਣ ਗਾਓ, ਅੰਮ੍ਰਿਤ ਵੇਲੇ ਸਦਾ ਉੱਠ ਕੇ ਨਿਤਨੇਮ ਵੀ ਕਰਨਾ, ਸਦਾ ਭਰੋਸਾ ਰੱਖ ਬਾਣੀ 'ਤੇ, ਈਸ਼ਵਰ ਤੋਂ ਵੀ ਡਰਨਾ। ਮੁਸ਼ਕਿਲ ਜਦੋਂ ਵੀ ਆਵੇ ਭਾਰੀ, ਰੱਬ ਨੂੰ ਸਦਾ ਧਿਆਉਣਾ, ਸੰਗਤ ਦੀ ਇਹ ਮਨ ਬੇਨਤੀ ਰੱਬ ਦਾ ਮੰਨਣਾ ਪਾਉਣਾ।